ਕੀ ਨਾਮ ਹੈ? ਮੇਰਾ ਨਾਮ ਰਿੰਪੀ, ਪਿੰਡ ਮੁਸਕਾਬਾਦ। ਤੁਹਾਡੀ ਕੁੜੀ ਦਾ ਕੀ ਨਾਮ? ਮੇਰੀ ਕੁੜੀ ਦਾ ਗੁਰਪ੍ਰੀਤ। ਉਮਰ ਕਿੰਨੀ ਦੀ? ਉਮਰ 13 ਸਾਲ ਦੀ। ਕੀ ਹੋਇਆ? ਧੱਕਾ ਹੋਇਆ ਮੇਰੇ ਨਾਲ ਕੁੜੀ ਨਾਲ। ਕਿਸ ਤਰ੍ਹਾਂ ਧੱਕਾ ਹੋਇਆ? ਬਹੁਤ ਧੱਕਾ ਨਜਾਇਜ ਕਰਿਆ ਨੇ ਮੇਰੀ ਕੁੜੀ ਨਾਲ। ਮੈਂ ਗਈ ਹੋਈ ਸੀ ਆਪਣੇ ਕੰਮ ਕਰਨ, ਬਲਵੀਰ ਸਿੰਘ ਮੁਸਕਾਬਾਦ ਤੋਂ। ਹਾਂਜੀ, ਬਹੁਤ ਧੱਕਾ ਕਰਦਾ ਸੀ ਮੇਰੀ ਕੁੜੀ ਨੂੰ ਨਜਾਇਜ। ਕਿਸ ਤਰ੍ਹਾਂ ਨਜਾਇਜ ਕਰਦਾ? ਇਹ ਕੀ ਕੰਮ ਕਰਦੀ ਸੀ ਉਹਨਾਂ ਦੇ ਘਰੇ? ਮੈਂ ਕੰਮ ਕਰਦੀ ਸੀ, ਮੈਂ ਹਟ ਗਈ। ਮੈਨੂੰ ਬੰਦਾ ਸਹੀ ਨਹੀਂ ਲੱਗਿਆ ਸੀ ਉਹਨਾਂ ਦੇ ਘਰੇ। ਉਹਨਾਂ ਦੇ ਘਰੇ ਮੈਨੂੰ ਬੰਦਾ ਸਹੀ ਨਹੀਂ ਲੱਗਿਆ, ਮੈਨੂੰ ਗਲਤ ਲੱਗਾ ਲੱਗ ਗਿਆ ਸੀ, ਫੇਰ ਮੈਂ ਹਟ ਗਈ। ਫੇਰ ਮੈਂ ਮੇਰੀ ਕੁੜੀ ਦੇ ਪੱਟ ਤੇ ਨਿਸ਼ਾਨ ਬਹੁਤ ਪਾਏ ਹੋਏ ਸੀ, ਪਤਾ ਇਹਨੇ ਮਾਰ ਕੇ ਤੰਗੀ ਹੋਵੇ ਮੇਰੀ ਕੁੜੀ। ਤੁਹਾਨੂੰ ਕਦੋਂ ਪਤਾ ਲੱਗਿਆ ਵੀ ਇਸ ਤਰ੍ਹਾਂ ਦੀ ਗੱਲ ਹੋ ਰਹੀ ਹੈ ਕੁੜੀ ਨਾਲ? ਹਾਂਜੀ, ਤੁਹਾਨੂੰ ਕਦੋਂ ਪਤਾ ਲੱਗਿਆ ਕੁੜੀ ਨਾਲ ਇਸ ਤਰ੍ਹਾਂ ਹੋ ਰਿਹਾ ਸੀ? ਮੈਨੂੰ ਫੋਨ ਤੇ ਮੈਨੂੰ ਹੋਇਆ ਵਾ ਸਾਰਾ ਕੁਝ। ਮੈਂ ਤੇ ਕੁੜੀ ਨੇ ਜੋ ਸੁਸਾਈਡ ਕੀਤਾ, ਤੁਹਾਨੂੰ ਕਦੇ ਕੁਝ ਦੱਸਿਆ ਕੁੜੀ ਨੇ? ਕੁੜੀ ਨੇ ਮੈਨੂੰ ਕੋਈ ਗੱਲ ਨਹੀਂ ਦਿੱਤੀ। ਅਸ ਕੁੜੀ ਨੇ ਆਤਮਹੱਤਿਆ ਕਿੱਥੇ ਕੀਤੀ ਹੈ ਜੀ? ਹਾਂਜੀ, ਕਿੱਥੇ ਕੀਤੀ ਆ? ਘਰੇ ਕਰੀ ਜਾ, ਮੈਂ ਘਰੇ ਕੋਈ ਨਹੀਂ ਦਿੱਤੀ ਹੈਗਾ ਮੇਰੇ ਘਰੇ। ਮੈਂ ਇਹ ਨਾ ਮੇਰੇ ਸੱਸ ਸੋਹਣੀ ਨਰੇਗਾ ਜਾਂਦੇ ਨੇ ਕੋਈ। ਹਾਂਜੀ, ਉਹਨੂੰ ਕਿਹਨੇ ਦੱਸਿਆ ਵੀ ਉਹਦੇ ਕੁੜੀ ਦੇ ਗਲਤ ਗੱਲ ਫਰਾ ਲੈ ਲਿਆ? ਕੁੜੀ ਨੇ ਗਲ ਫਰਾ ਤੰਗੀ ਪਈ ਸੀ, ਗਵਾਂਢੀਆਂ ਨੇ ਆ ਕੇ ਦੇਖੀ ਆ, ਮੇਰਾ ਬੱਚਾ ਛੋਟਾ ਜਿਹਾ, ਉਹਨੇ ਦਵਾਈ ਪਾਈ ਆ ਕੇ। ਉਹਨੂੰ ਉਹ ਬਲਵੀਰ ਕਹਿਣ ਲੱਗਿਆ ਵੀ ਦੱਸਣਾ ਨੀ ਹੈਗਾ ਤੁਸੀਂ ਇਹਦਾ, ਛੇਤੀ ਛੇਤੀ ਸੰਤਾਰ ਕਰੋ। ਬਲਵੀਰ ਕਹਿੰਦੇ ਵੀ ਇਹਦਾ ਸੰਤਾਰ ਕਰੋ। ਹਾਂਜੀ, ਪੈਸੇ ਦਾ ਕੋਈ ਨੀ ਹੋਇਆ, ਲਾਲਚ ਵੀ ਦਿੱਤਾ ਪੈਸੇ ਦਾ? ਨਹੀਂ ਨਹੀਂ, ਲਾਲਚ ਕੋਈ ਕਰਿਆ ਨੀ ਹੈਗਾ। ਕੀ ਨਾਮ ਸੀ, ਕਿੰਨੀ ਉਮਰ ਸੀ? ਮੈਂ ਮਨਜੀਤ ਕੌਰ ਹਾਂ ਜੀ, ਤੇ ਉਹਦੀ ਉਮਰ 13 ਸਾਲ ਸੀਗੀ, ਗੁਰਪ੍ਰੀਤ ਉਹਦਾ ਨਾਮ ਸੀਗਾ ਜੀ। ਕੀ ਘਟਨਾ ਹੋਈ ਸੀ ਜੀ? ਇਹ ਜੀ, ਮਾਮਾ ਦੀ ਇਹਨਾਂ ਬਾਪ ਹੈ ਨਹੀਂ ਸੀਗਾ, ਇਹ ਦੋਨੋਂ ਉਹਨਾਂ ਦੇ ਘਰੇ ਪਹਿਲਾਂ ਕੰਮ ਕਰਦੀਆਂ ਸੀਗੀਆਂ। ਜਿਹੜੇ ਕੰਮ ਕਰਦੀਆਂ ਸੀ ਉਹ ਕੁੜੀ ਨੂੰ ਗਲਤ ਪਤਾ ਨਹੀਂ ਕਹਿੰਦਾ ਜੀ, ਇਹਦੀ ਮਾਂ ਨੂੰ ਕੁਛ ਲੱਗਿਆ ਵੀ ਗਲਤ ਬੰਦਾ ਹੈ ਜੀ। ਫਿਰ ਇਹ ਉਹਨਾਂ ਘਰੋਂ ਕੰਮ ਕਰਨ ਤੋਂ ਹਟ ਗਈ, ਤੇ ਬਾਅਦ ਵਿੱਚ ਪਤਾ ਨਹੀਂ ਉਹਨੇ ਵੀਡੀਓ ਬਣਾਈਆਂ ਗਲਤ ਕੁੜੀ ਦੀਆਂ, ਗਲਤ ਉਹਦੇ ਸੈਕਸ ਵਗੈਰਾ ਕੀਤਾ, ਫਿਰ ਉਹਦੀ ਵੀਡੀਓ ਬਣਾਉਣੀ ਵਿਚਾਰੀ ਦੀਆਂ, ਫਿਰ ਉਹਨੂੰ ਬਲੈਕਮੇਲ ਕਰਦਾ ਰਿਹਾ ਜ਼ਬਰਦਸਤੀ, ਵੀਡੀਓ ਉਹਨੂੰ ਬਲੈਕਮੇਲ ਕਰਦਾ ਤੇਰੀ ਵੀਡੀਓ ਮੈਂ ਡਾਊਨਲੋਡ ਕਰ ਦੂੰਗਾ ਇੱਦਾਂ ਜੀ। ਫਿਰ ਉਹ ਕੁੜੀ ਨੇ ਡਰਦੀ ਮਾਰੀ ਨੇ ਸੁਸਾਈਡ ਕਰ ਲਿਆ ਜੀ। ਪਤਾ ਨਹੀਂ ਉਹਨੇ ਆਪ ਆ ਕੇ ਨੂੰ ਫਾਹਾ ਦਿੱਤਾ ਹੈ, ਪਤਾ ਨਹੀਂ ਉਹਨੇ ਸੁਸਾਈਡ ਕੀਤਾ ਜੀ। ਤੁਹਾਡੇ ਨਾਲ ਕਦੇ ਕੋਈ ਗੱਲ ਹੋਈ ਹੈ ਉਹਨਾਂ ਦੀ? ਨਹੀਂ ਜੀ, ਗੱਲ ਨਹੀਂ ਕਰਦੇ ਜੀ, ਕੰਮ ਤੇ ਜਾਂਦੀਆਂ ਸੀਗੀਆਂ ਵਿਚਾਰੀਆਂ, ਫਿਰ ਕੰਮ ਤੋਂ ਘਰੇ ਆ ਕੇ ਉਹਨੇ ਘਰ ਰਹਿੰਦੀਆਂ ਸੀ। ਕਿੰਨੇ ਟਾਈਮ ਤੋਂ ਕੁੜੀ ਕੰਮ ਕਰਦੀ ਸੀ ਉਹਨਾਂ ਦੇ ਘਰੇ? ਇਹਨਾਂ ਦੇ ਘਰੇ ਤਾਂ ਇਹਨਾਂ ਨੂੰ ਮੰਮਾ ਨੂੰ ਪਤਾ ਜੀ, ਇਹਨਾਂ ਨੂੰ ਜੇ ਗੱਲ ਕਰੀਏ ਜਦੋਂ ਕੁੜੀ ਮਰੀ ਵੀ ਮਿਲੀ ਹੋਈ ਆ, ਤੁਸੀਂ ਪੁਲਿਸ ਨੂੰ ਤਲਾਹ ਨਹੀਂ ਕੀਤੀ? ਇਹਨੂੰ ਡਰਾ ਤਾਂ ਜੀ ਉਹ ਬੱਚਾ ਖੁਦ ਆ ਗਿਆ ਨਾ, ਜਦੋਂ ਕੁੜੀ ਉਤਾਰ ਰਹੀ ਸੀਗੀ ਉਹਨੂੰ ਲਟਕੀ ਹੋਈ ਨੂੰ, ਉਹ ਜਾ ਕੇ ਕਹਿਣ ਲੱਗ ਗਿਆ ਤਾਂ ਤੁਹਾਡੇ ਤੇ ਉਲਟੀ ਕਾਰਵਾਈ ਹੋ ਜੂਗੀ, ਕੁੜੀ ਤੁਹਾਡੇ ਘਰੇ ਮਰ ਗਈ ਵੀ ਮੈਂ ਤੁਹਾਡੇ ਨਾਲ ਖੜਾ, ਕਹਿੰਦਾ ਮੈਂ ਤੁਹਾਨੂੰ ਬਾਲਣ ਵੀ ਦਿੰਦਾ ਵੀ ਗਰੀਬ ਆ ਇਹ ਬਾਲਣ ਦਿੰਦਾ। ਉਹਨੂੰ ਕਿਵੇਂ ਪਤਾ ਲੱਗਿਆ ਵੀ ਉਹਨੇ ਕੁੜੀ ਨਾਲ ਗਲਤ ਕੰਮ ਕੀਤਾ ਵਾ? ਜੀ, ਉਹਦੀ ਵੀਡੀਓ ਵੀ ਵਾਇਰਲ ਹੋ ਰਹੀ ਆ, ਬਾਅਦ ਵਿੱਚ ਵੀਡੀਓ ਪਤਾ ਲੱਗਿਆ ਸਾਨੂੰ, ਵੀਡੀਓ ਦੇ ਵਿੱਚ ਐਨ ਦਿਖ ਰਿਹਾ ਗਲਤ ਕੰਮ ਕਰਦਾ, ਸੈਕਸ ਵਗੈਰਾ ਕਰਦਾ ਕੁੜੀ ਨਾਲ ਉਹ। ਹਾਂਜੀ, ਵੀਡੀਓ 'ਚ ਦਿਖਦਾ ਹੈ ਜੀ, ਵੀਡੀਓ ਬਣਾ ਕੇ ਕੁੜੀ ਨੂੰ ਕਹਿੰਦਾ ਵੀ ਤੂੰ ਇਦਾਂ ਕਰਕੇ ਵੀਡੀਓ ਭੇਜ ਮੈਨੂੰ, ਇਦਾਂ ਕਰਕੇ ਵੀਡੀਓ ਭੇਜ ਦੇ, ਪੈਸੇ ਦਊਂਗਾ, ਐਂ ਕਰੂੰਗਾ। ਬੱਚੀ ਸਾਡੀ ਨਾਬਾਲਗ ਸੀਗੀ ਜੀ। ਕੋਈ ਉਹਨਾਂ ਵੱਲੋਂ ਤੁਹਾਨੂੰ ਕੋਈ ਲਾਲਚ ਦਿੱਤਾ ਗਿਆ ਸੀ? ਉਹਨਾਂ ਨੇ ਘਰਦਿਆਂ ਨੂੰ ਬੁਲਵਾਇਆ ਸੀਗਾ, ਪਤਾ ਨਹੀਂ ਕਹਿੰਦੇ ਸੀਗੇ ਵੀ ਕੋਈ ਲਾਲਚ ਦਿੱਤਾ ਗਿਆ ਸੀ? ਹਾਂਜੀ ਹਾਂਜੀ, ਕਹਿੰਦੇ ਸੱਤ, ਕਹਿੰਦੇ 7 ਲੱਖ ਲੈ ਲਓ ਵੀ ਅਸੀਂ ਫੈਸਲਾ ਕਰ ਲਓ ਸਾਡੇ ਨਾਲ, ਵੀ 7 ਲੱਖ ਦੇਵਾਂਗੇ। ਕਿਹੋ ਜਿਹਾ ਇਨਸਾਫ ਚਾਹੁੰਦੇ ਹੋ ਹੁਣ? ਸਾਡਾ ਜੀ ਇਨਸਾਫ ਚਾਹੀਦਾ ਸਾਡੀ ਗੁੱਡੀ ਦੀ। ਸਾਰਾ ਜੀ ਪ੍ਰੈਸ ਕਾਨਫਰੰਸ ਕਰ ਰਹੇ, ਕੀ ਕਾਰਨ ਹੈ ਪ੍ਰੈਸ ਕਾਨਫਰੰਸ? ਇਹਦਾ ਜੀ ਮਿਤੀ 23 ਤਰੀਕ ਨੂੰ ਮੁਸਕਾਬਾਦ ਪਿੰਡ ਦੇ ਵਿੱਚ ਇੱਕ ਮਾਈਨਰ ਬੱਚੀ ਵੱਲੋਂ ਸੁਸਾਈਡ ਕਰ ਲਿਆ ਗਿਆ ਸੀ, ਜਿਹੜੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਸੀ, ਅਤੇ ਉਹਦੇ ਰਿਗਾਰਡਿੰਗ ਇਹਨਾਂ ਨੇ ਉਧਰ ਕਨਵੀਸ਼ਨ ਵੀ ਕਰ ਦਿੱਤਾ ਸੀ। ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਆਈ ਸੀ ਮਦਰ ਵੱਲੋਂ, ਅਸੀਂ ਇਮੀਡੀਏਟਲੀ ਜਦੋਂ ਆਪਣੇ ਸੀਨੀਅਰ ਅਫਸਰਾਂ ਦੇ ਮਾਨਯੋਗ ਐਸ ਐਸ ਪੀ ਅਮਨੀਤ ਕੁੰਡਲ ਜੀ ਦੇ ਧਿਆਨ 'ਚ ਲੈਂਦਾ, ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਇਮੀਡੀਏਟਲੀ ਪਰਚਾ ਦਰਜ ਕੀਤਾ ਬਲਵੀਰ ਸਿੰਘ ਮੁਸਕਾਬਾਦ ਦੇ ਖਿਲਾਫ, ਜਿਹੜਾ ਹੈ ਕੋਈ ਮੈਸੇਜ ਵਗੈਰਾ ਜਿਹੜਾ ਅਸ਼ਲੀਲ ਮੈਸੇਜ ਨੂੰ ਭੇਜਦਾ ਸੀ, ਜਿਹਦੇ ਦੁੱਖੋਂ ਇਹਨੇ ਜਿਹੜਾ ਸੁਸਾਈਡ ਕੀਤਾ।
ਅਤੇ ਗੁਰਵੀਰ ਸਿੰਘ ਦੇ ਖਿਲਾਫ਼ ਇਮੀਡੀਏਟਲੀ ਜਿਹੜੀ ਐਫ ਆਈ ਆਰ 67 ਨੰਬਰ ਅੰਡਰ ਸੈਕਸ਼ਨ 305 353 ਏ ਅਤੇ 12 ਪੋਕਸੋ ਐਕਟ ਅਤੇ 3 SC ਐਕਟ ਇਹ ਦਰਜ ਕੀਤਾ। ਇਹ ਪਰਚਾ ਦਰਜ ਕਰਨ ਤੋਂ ਬਾਅਦ 2 ਟੀਮਾਂ ਬਣਾ ਕੇ ਅਸੀਂ ਮੁਲਜ਼ਮ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ। ਕੁੜੀ ਦੀ ਕਿੰਨੀ ਉਮਰ ਸੀ? ਬੱਚੀ ਦੀ ਉਮਰ 13 ਸਾਲ ਹੈ ਜੀ। ਜਿਹੜਾ ਦੋਸ਼ੀ ਆ ਉਹਦੇ ਨਾਲ ਕੀ ਸੰਬੰਧ ਸੀ? ਉਹ ਦੋਸ਼ੀ ਦੇ ਇਹ ਬੱਚੀ ਦੇ ਦੀ ਮਦਰ ਦੋਸ਼ੀ ਦੇ ਘਰ ਕੁਛ ਟਾਈਮ ਪਹਿਲਾਂ ਕੰਮ ਕਰਨ ਜਾਂਦੇ ਸੀ, ਜਦੋਂ ਇਹਦੀ ਨੀਅਤ ਠੀਕ ਨਹੀਂ ਦਿਖੀ ਉਹਦੀ ਮਦਰ ਅਤੇ ਦੋਨੇ ਕੰਮ ਕਰਨੋਂ ਹਟ ਗਏ। ਅਤੇ ਫਿਰ ਬੱਚੀ ਵੱਲੋਂ ਆਪਣੀ ਮਾਂ ਨੂੰ ਦੱਸਿਆ ਗਿਆ ਜਾਂ ਸੁਸਾਈਡ ਤੋਂ ਬਾਅਦ ਹੀ ਪਤਾ ਲੱਗੇਗਾ? ਨਹੀਂ, ਸੁਸਾਈਡ ਤੋਂ ਬਾਅਦ ਹੀ ਪਤਾ ਲੱਗਿਆ। ਪਰਮੇਸ਼ਨ ਆ ਸਰ ਜਿਹੜੀ ਕੀਤੀ ਗਈ ਆ ਉਹ ਸੇਮ ਡੇ ਸੁਸਾਈਡ ਵਾਲੇ ਦਿਨ ਹੀ ਕਰਤੀ ਸੀ? ਸੇਮ ਡੇ 3 ਘੰਟਿਆਂ ਦੇ ਵਿੱਚ ਹੀ ਕਰਦੇ। ਅਤੇ ਪਰਿਵਾਰ ਵੱਲੋਂ ਪੁਲਿਸ ਨੂੰ ਕੀ ਹੋਰ ਦੱਸਿਆ ਗਿਆ ਜੀ? ਇਹਦੇ ਬਾਰੇ ਤਾਂ ਹੁਣ ਪਰਿਵਾਰ ਨੂੰ ਹੀ ਦੱਸਿਆ ਸੀ। ਉਦੋਂ ਪਰਿਵਾਰ ਕਹਿੰਦੇ ਸਾਨੂੰ ਸ਼ੱਕ ਹੋਇਆ ਸੀ ਜਦੋਂ ਬੱਚੇ ਦਾ ਮੋਬਾਈਲ ਵਗੈਰਾ ਦੇਖਿਆ, ਉਦੋਂ ਫਿਰ ਗੱਲ ਸਾਹਮਣੇ। ਸੁਸਾਈਡ ਨੋਟ ਮਿਲਿਆ ਜੀ ਕੋਈ? ਨਹੀਂ, ਸੁਸਾਈਡ ਨੋਟ ਨਹੀਂ। ਅਤੇ ਕੁਛ ਦੱਸਿਆ ਗਿਆ ਵੀ ਉਹ ਬੱਚੀ ਨੂੰ ਕੁਛ ਹੋਰ ਵੀ ਸ਼ੋਸ਼ਣ ਕਰਦਾ ਸੀ ਜਾਂ ਸਰੀਰ ਨੂੰ ਸ਼ੋਸ਼ਣ ਇੱਥੇ ਮੈਸੇਜ ਭੇਜਦਾ ਸੀ ਜੀ? ਨਹੀਂ, ਹਜੇ ਜਿਹੜਾ ਇਹੀ ਆ ਮੋਬਾਈਲ ਅਸੀਂ ਦੋਨਾਂ ਦੇ ਬੱਚੀ ਦਾ ਅਤੇ ਮੁਲਜ਼ਮ ਦਾ ਦੋਨੇ ਅਸੀਂ ਸਾਈਬਰ ਸੈੱਲ ਨੂੰ ਭੇਜਾਂਗੇ। ਫੋਰੈਂਸਿਕ ਜਾਂਚ ਤੋਂ ਬਾਅਦ ਜਿਹੜੇ ਫੈਕਟ ਸਾਹਮਣੇ ਆਉਣਗੇ ਉਹਦੇ ਅਨੁਸਾਰ ਜਿਹੜੀ ਤਫਤੀਸ਼ ਸਮਝ ਲੈਂਦੀ ਹੈ।